ਤਰਿੰਦਰ ਸਿੰਘ ਜੀ ਬਾਜਵਾ ਪਹੁੰਚੇ ਆ। ਸਾਡਾ ਮਕਸਦ ਜੀ ਸਰਕਾਰ ਕੋਲ ਆਵਾਜ਼ ਬਟੋਰਾ, ਆਵਾਜ਼ ਤੁਹਾਡੀ ਸਰਕਾਰ ਕੋਲ ਪਹੁੰਚ ਗਈ ਆ, ਸਾਡੇ ਤੇ ਸੀਐਮ ਹੋਈ ਆ। ਗੁਰਦਾਸਪੁਰ 'ਚ ਲਗਾਤਾਰ 3 ਦਿਨ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਅੱਜ ਖਤਮ ਹੋ ਗਿਆ ਹੈ। ਕਿਸਾਨਾਂ ਨੇ ਗੰਨੇ ਦੀ ਬਕਾਇਆ ਰਕਮ ਦੇ ਭੁਗਤਾਨ ਨਾ ਹੋਣ ਦੇ ਰੋਸ ਵਜੋਂ ਸ਼੍ਰੀ ਹਰਗੋਬਿੰਦਪੁਰ ਦੇ ਕੋਲ ਗੁਰਦਾਸਪੁਰ ਚੰਡੀਗੜ੍ਹ ਹਾਈਵੇ 'ਤੇ ਧਰਨਾ ਦਿੱਤਾ ਹੋਇਆ ਸੀ, ਜਿਸ ਦੇ 3ਜੇ ਦਿਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ। ਉਹਨਾਂ ਦੇ ਨਾਲ ਇਸ ਮੌਕੇ ਕੀੜੀ ਚੱਡਾ ਸ਼ੂਗਰ ਮਿੱਲ ਦੇ ਅਧਿਕਾਰੀ ਅਤੇ ਕੇਨ ਕਮਿਸ਼ਨਰ ਵੀ ਮੌਜੂਦ ਰਹੇ। 3ਜੇ ਦਿਨ ਕਿਸਾਨਾਂ ਦਾ ਧਰਨਾ ਖਤਮ ਹੋ ਗਿਆ ਹੈ। ਸਰਕਾਰ ਨੇ ਬਕਾਇਆ ਰਕਮ 'ਚੋਂ 4 ਕਰੋੜ ਰੁਪਏ ਮੋੜ ਦਿੱਤੇ ਹਨ ਅਤੇ ਉਹਨਾਂ ਨੂੰ ਰੋਜ਼ਾਨਾ 1.5 ਕਰੋੜ ਰੁਪਏ ਹੋਰ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕੀੜੀ ਚੱਡਾ ਚੀਨੀ ਮਿੱਲ ਦੇ ਕਿਸਾਨਾਂ ਨੂੰ ਵੀ ਬਕਾਇਆ ਰਕਮ 15 ਜਨਵਰੀ ਤੱਕ ਦੇ ਦਿੱਤੀ ਜਾਵੇਗੀ। ਜੀ ਤ੍ਰਿਪਤ ਸਿੰਘ ਜੀ ਬਾਜਵਾ ਸਾਹਿਬ ਉਹ ਪਹੁੰਚੇ ਸੀਗੇ, ਉਹਦੇ ਨਾਲ ਮੇਲਾ ਵਾਲੇ ਪਹੁੰਚੇ ਸੀਗੇ, ਨਾਲ ਹੋਰ ਵੀ ਕੇਂਦ ਕਮਿਸ਼ਨ ਵਗੈਰਾ ਵੀ ਪਹੁੰਚੇ ਸੀਗੇ। ਤਾਂ ਉਹਨਾਂ ਇਹ ਆਸ਼ਵਾਸਨ ਦਵਾਇਆ ਕਿ ਸੋਮਵਾਰ ਤੋਂ 1.5 ਕਰੋੜ ਰੁਪਇਆ ਰੋਜ਼ ਦਾ ਅਸੀਂ ਤੁਹਾਡੀ ਮਿਲ ਖਾਤਿਆਂ ਵਿੱਚ ਪਾਵਾਂਗੇ। ਜੋ 7 ਕਰੋੜ ਰੁਪਇਆ ਵਾਪਸ ਰਹਿੰਦਾ ਉਹ ਤੁਹਾਡਾ ਅਗਲੇ ਹਫ਼ਤੇ ਜਾਂ 4-5 ਦਿਨ 'ਚ ਪੈ ਜਾਏਗਾ। 4 ਕਰੋੜ ਤੁਹਾਨੂੰ ਦੇ ਦਿੱਤਾ ਗਿਆ? 4 ਕਰੋੜ 1 ਲੱਖ ਰੁਪਇਆ ਸਾਨੂੰ ਦੇ ਦਿੱਤਾ ਗਿਆ ਜੀ। ਅਤੇ ਸ਼ੂਗਰ ਮਿੱਲ ਵੱਲ ਜਿਹੜਾ ਬਕਾਇਆ ਸੀ ਉਹਦੇ ਬਾਰੇ ਉਹਨਾਂ ਦੱਸਿਆ ਵੀ ਇਹ ਜਨਵਰੀ ਮਹੀਨੇ 15 ਤਰੀਕ ਤੋਂ ਪਹਿਲੇ ਤੁਹਾਡੇ ਖਾਤਿਆਂ ਵਿੱਚ ਪੈ ਜਾਏਗਾ। ਜੇ ਨਹੀਂ ਆਉਂਦਾ ਤਾਂ ਧਰਨੇ ਵਿੱਚ ਮੈਂ ਤੁਹਾਡੇ ਨਾਲ ਬੈਠਾਂਗਾ। ਅਤੇ ਜਿਹੜੀਆਂ ਬਾਕੀ ਸ਼ਰਤਾਂ ਸੀ ਤੁਹਾਡੀਆਂ? ਇੱਕ ਜੀ ਰੇਟ ਦੀ ਸੀਗੀ, ਉਹਦੇ ਵਿੱਚ ਉਹਨਾਂ ਦੱਸਿਆ ਕਿ ਰੇਟ ਬਾਰੇ ਜੋ ਹੈ ਉਹ ਕੈਪਟਨ ਸਾਹਿਬ ਆਉਣਗੇ, ਬਾਹਰ ਗਏ ਆ, ਅਤੇ ਉਹਨਾਂ ਨਾਲ ਤੁਹਾਡੀ ਮੀਟਿੰਗ ਕਰਵਾਈ ਜਾਏਗੀ, ਉਹਦੇ ਵਿੱਚ ਸਾਰਾ ਹੱਲ ਕੀਤਾ ਜਾਏਗਾ। ਅਗਰ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ, ਕੈਪਟਨ ਸਾਹਿਬ ਨਾਲ ਗੱਲ ਕਰੇਗੀ ਸਾਡੇ ਪ੍ਰਧਾਨ ਜੀ, ਅਗਰ ਨਹੀਂ ਹੁੰਦਾ ਤਾਂ ਸਾਡਾ ਅਗਲਾ ਜਿਹੜਾ ਪੜਾਅ ਹੈ ਕਿ ਨੈਸ਼ਨਲ ਹਾਈਵੇ 'ਤੇ ਰੇਲ ਰੋਕਣ ਵਿੱਚ ਹੋਏਗਾ। ਇਹ 4 ਦਿਨ ਤੋਂ ਧਰਨਾ ਚੱਲਦਾ ਪਿਆ, ਕੀ ਆਸ਼ਵਾਸਨ ਦਿੱਤਾ ਔਰ ਧਰਨਾ ਚੁਕਾਤਾ? ਅਸੀਂ ਜਿਹੜਾ ਸਰਕਾਰ ਦਾ 11 ਕਰੋੜ ਰੁਪਈਆ ਵਾ ਉਹ 'ਚੋਂ 4 ਕਰੋੜ ਇਹਨਾਂ ਨੂੰ ਆ ਗਿਆ ਵਾ, ਬਾਕੀ 7 ਕਰੋੜ ਰੁਪਈਆ ਜਿਹੜਾ ਵਾ ਉਹ 1.5 ਕਰੋੜ ਰੁਪਇਆ ਸੋਮਵਾਰ ਤੋਂ ਪਰ ਡੇ ਪੈ ਜਾਇਆ ਕਰੇਗਾ ਅਤੇ ਹਫ਼ਤੇ ਦੇ ਵਿੱਚ 'ਚ ਅਸੀਂ ਇਹਨਾਂ ਦਾ 11 ਕਰੋੜ ਪੂਰਾ ਕਰ। ਸਰ ਇੱਕ ਤਾਂ ਹਰਿਆਣੇ ਦੀ ਮੰਗ ਸੀ, ਹਰਿਆਣੇ ਦਾ ਰੇਟ ਨੂੰ ਲੈ ਕੇ ਬਾਕੀ ਜਿਹੜੀਆਂ ਇਹਨਾਂ ਨੇ ਮੰਗਾਂ ਗੰਨੇ ਦੇ ਰੇਟ ਦੀ ਗੱਲ ਕੀਤੀ ਆ, 238 ਵਰਾਇਟੀ ਦੀ ਗੱਲ ਕੀਤੀ ਆ, ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਵਾਜਬ ਨੇ, ਪਰ ਉਹ ਸਾਰੀਆਂ ਗੱਲਾਂ ਇਸ ਲੈਵਲ 'ਤੇ ਖਤਮ ਹੋਣੀਆਂ ਕਿ CM ਸਾਹਿਬ ਨਾਲ ਬਹਿ ਕੇ ਇਹਨਾਂ ਦੀ ਮੀਟਿੰਗ ਕਰਾਵਾਂਗੇ ਅਤੇ ਜਿਹੜਾ ਪ੍ਰਾਈਵੇਟ ਮਿੱਲ ਵਾਲਿਆਂ ਨੂੰ ਸੱਦ ਕੇ ਉਹਦਾ ਫੈਸਲਾ ਕੀਤਾ ਜਾਵੇ। ਇਹ ਕਿਹੜੀ ਮਿੱਲ ਵਾਲਿਆਂ ਦੀ ਗੱਲ ਹੈ? ਕਿਹੜੀ ਮਿੱਲ ਵਾਲੇ ਮੇਰੇ ਕੋਲ ਖੋਤੇ ਨੇ, ਇਹਨਾਂ ਆਖਿਆ ਵੀ 15 ਜਨਵਰੀ ਤੱਕ ਅਸੀਂ ਸਾਰੀ ਪੇਮੈਂਟ ਪਾ ਦਿਆਂਗੇ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।